ਸਵਾਗਤ ਹੈ ਸਾਰੇ ਵੀਰਾਂ ਦਾ ਆਪਣੇ ਚੈਨਲ ਫਾਰਮਰ ਕਿੰਗ ਦੇ ਵਿੱਚ। ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਘੰਟੀ ਦੇ ਬਟਨ ਨੂੰ ਟੱਚ ਕਰ ਲਵੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ, ਜੋ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ। ਆਪਣੇ ਖੇਤੀਬਾੜੀ ਦੇ ਕਿਸੇ ਵੀ ਸੰਦ, ਜਿਵੇਂ ਟਰੈਕਟਰ, ਟਰਾਲੀ, ਹਲ ਤਵੀਆਂ, ਕਾਰ, ਜੀਪ ਜਾਂ ਖੇਤੀ ਦੀ ਕਿਸੇ ਵੀ ਹੋਰ ਮਸ਼ੀਨਰੀ ਦੀ ਐਡ ਆਪਣੇ ਚੈਨਲ 'ਤੇ ਲਗਵਾਉਣ ਲਈ ਉਸ ਦੀਆਂ 4-5 ਫੋਟੋਆਂ ਅਤੇ ਨਾਲ ਹੀ ਲੋੜੀਂਦੀ ਜਾਣਕਾਰੀ, ਜਿਵੇਂ ਰੇਟ, ਏਰੀਆ, ਮਾਡਲ, ਟਾਇਰ ਕਿੰਨੇ ਪੈਸੇ ਹੈ, ਇਹ ਸਾਰੀ ਜਾਣਕਾਰੀ ਇਸ ਨੰਬਰ 'ਤੇ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ। ਬਿਲਕੁਲ ਫ੍ਰੀ 'ਚ ਐਡ ਲਾਈ ਜਾਵੇਗੀ, ਕੋਈ ਕਮਿਸ਼ਨ ਨਹੀਂ। ਅੱਜ ਆਪਾਂ ਸੇਲ ਵਿੱਚ 4 ਚੀਜ਼ਾਂ ਲੈ ਕੇ ਆਏ ਹਾਂ। ਸਵਰਾਜ 855 FE ਟਰੈਕਟਰ ਹੈ, ਫੋਰਡ 3610 ਟਰੈਕਟਰ ਹੈ, HMT 6611 ਟਰੈਕਟਰ ਹੈ, KS ਦਾ ਤੂੜੀ ਰੀਪਰ ਹੈ। ਹੁਣ ਤੁਹਾਨੂੰ ਸਵਰਾਜ 855 FE ਟਰੈਕਟਰ ਦਿਖਾ ਰਹੇ ਹਾਂ। ਇਹ ਟਰੈਕਟਰ 2007 ਮਾਡਲ ਹੈ, ਏ ਕਲਾਸ ਕੰਡੀਸ਼ਨ ਵਿੱਚ ਟਰੈਕਟਰ ਖੜ੍ਹਾ ਹੈ, ਆਲ ਓਰਿਜਨਲ ਟਰੈਕਟਰ ਹੈ। ਵਧੀਆ ਹਾਲਤ ਵਿੱਚ ਟਰੈਕਟਰ ਦਾ ਰੰਗ ਪੇਂਟ ਪਿਆ। ਟਰੈਕਟਰ ਦੇ ਬਾਡੀ 'ਚ ਅਸੀਂ ਲਿੰਕਾਂ ਦਾ ਨਾਲ ਦੀ ਰੰਗ ਪੇਂਟ ਹੈ। ਟਰੈਕਟਰ ਦੇ ਕਿਸੇ ਵੀ ਪਾਰਟ ਨੂੰ ਦੁਬਾਰਾ ਰੰਗ ਪੇਂਟ ਨਹੀਂ ਕੀਤਾ ਗਿਆ। ਇਹ ਟਰੈਕਟਰ ਡਬਲ ਕਲੱਚ, ਸਿੰਪਲ ਸਟੀਅਰਿੰਗ, ਸਿੰਪਲ ਬ੍ਰੇਕ, ਸੈਂਟਰ ਗੇਅਰ ਦੇ ਨਾਲ ਹੈ। 3-star ਟਰੈਕਟਰ ਹੈ। ਟਰੈਕਟਰ ਦਾ ਪੰਜਾਬ ਦਾ ਨੰਬਰ ਹੈ। ਵਧੀਆ ਹਾਲਤ ਵਿੱਚ ਟਰੈਕਟਰ ਚੱਲਦਾ ਹੈ। ਟਰੈਕਟਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ, ਕਿਤੇ ਕੋਈ ਲੀਕਿੰਗ ਨਹੀਂ। ਟਰੈਕਟਰ ਦੇ ਚਾਰੇ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਹੈ। ਟਰੈਕਟਰ ਦੇ ਅਗਲੇ ਟਾਇਰ 750-16 ਦੇ ਅਤੇ ਪਿਛਲੇ ਟਾਇਰ 1428 ਦੇ ਲੱਗੇ ਹੋਏ ਹੈ। ਏ ਕਲਾਸ ਕੰਡੀਸ਼ਨ ਵਿੱਚ ਟਰੈਕਟਰ ਚੱਲਦਾ ਹੈ। ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਫੁੱਲ ਗਰੰਟੀ ਹੈ। ਤੁਸੀਂ ਟਰੈਕਟਰ ਨੂੰ ਖਰੀਦਣ ਸਮੇਂ ਟਰੈਕਟਰ ਨੂੰ ਵਾਹ ਕੇ, ਚਲਾ ਕੇ, ਚੈੱਕ ਕਰਕੇ ਖਰੀਦ ਸਕਦੇ ਹੋ। ਇਹ ਟਰੈਕਟਰ ਦਾ ਤਰਨ ਤਾਰਨ ਏਰੀਆ ਹੈ ਜਿੱਥੇ ਇਹ ਟਰੈਕਟਰ ਖੜ੍ਹਾ ਹੈ। ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ 3,50,000 ਰੁਪਏ, ਬਾਕੀ ਥੋੜ੍ਹਾ ਬਹੁਤਾ ਮੌਕੇ 'ਤੇ ਲੈਸ ਹੋ ਹੀ ਜਾਂਦਾ ਹੈ। ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ ਹੈ। ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਇਹ ਟਰੈਕਟਰ ਨੂੰ ਖਰੀਦ ਸਕਦੇ ਹੋ। ਕਿਸੇ ਵੀ ਮਸ਼ੀਨਰੀ ਨੂੰ ਖਰੀਦਣ ਤੋਂ ਪਹਿਲਾਂ ਉਸਦੇ ਡਾਕੂਮੈਂਟਸ ਜ਼ਰੂਰ ਚੈੱਕ ਕਰੋ ਤਾਂ ਕਿ ਤੁਹਾਨੂੰ ਬਾਅਦ ਵਿੱਚ ਕੋਈ ਦਿੱਕਤ ਨਾ ਆ ਸਕੇ। ਜਿਹੜੇ ਵੀਰ ਮਸ਼ੀਨਰੀ ਦੀ ਐਡ ਲਵਾਉਣ ਲਈ ਫੋਟੋਆਂ ਭੇਜਦੇ ਹੈ, ਉਹ ਆਪਣੀ ਮਸ਼ੀਨਰੀ ਦਾ ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਹੀ ਦੱਸਿਆ ਕਰਨ, ਉਨਾ ਹੀ ਰੇਟ ਦੱਸਿਆ ਕਰਨ ਜਿੰਨੇ ਦੀ ਮਸ਼ੀਨਰੀ ਹੋਵੇ। ਬਹੁਤ ਜ਼ਿਆਦਾ ਵੀਰਾਂ ਦੀ ਕੰਪਲੇਂਟ ਆਉਂਦੀ ਹੈ, ਮੈਸੇਜ ਆਉਂਦੇ ਹੈ ਕਿ ਰੇਟ ਜ਼ਿਆਦਾ ਹੈ। ਆਪਾਂ ਕਿਸੇ ਵੀ ਮਸ਼ੀਨਰੀ ਦਾ ਰੇਟ ਫਿਕਸ ਨਹੀਂ ਦੱਸਿਆ ਹੁੰਦਾ, ਉਹ ਮਾਲਕ ਵੀਰਾਂ ਵੱਲੋਂ ਦੱਸੀ ਇੱਕ ਡਿਮਾਂਡ ਹੁੰਦੀ ਹੈ ਜੋ ਮੌਕੇ 'ਤੇ ਲੈਸ ਹੋ ਹੀ ਜਾਂਦੀ ਹੈ। ਇਸ ਕਰਕੇ ਜੇਕਰ ਕੋਈ ਵੀ ਵੀਰ ਮਸ਼ੀਨਰੀ ਖਰੀਦਣ ਦਾ ਚਾਹਵਾਨ ਹੁੰਦਾ, ਉਹ ਮਾਲਕ ਵੀਰਾਂ ਨਾਲ ਫੋਨ 'ਤੇ ਗੱਲਬਾਤ ਕਰਕੇ ਮਸ਼ੀਨਰੀ ਦਾ ਸਹੀ ਰੇਟ ਪੁੱਛ ਕੇ ਮਸ਼ੀਨਰੀ ਖਰੀਦ ਸਕਦਾ। ਸਾਰੇ ਵੀਰਾਂ ਨੂੰ ਰਿਕੁਐਸਟ ਹੈ ਕਿ ਚਲਦੀ ਚਲਦੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰਨ ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰਨ। ਹੁਣ ਤੁਹਾਨੂੰ ਫੋਰਡ 3610 ਟਰੈਕਟਰ ਦਿਖਾ ਰਹੇ ਹਾਂ। ਇਹ ਟਰੈਕਟਰ 1990 ਮਾਡਲ ਹੈ, ਵਧੀਆ ਹਾਲਤ ਵਿੱਚ ਟਰੈਕਟਰ ਖੜ੍ਹਾ ਹੈ। ਟਰੈਕਟਰ ਦੇ ਮਗਰਾਟਾਂ ਦੇ ਰਿੰਮਾਂ ਨੂੰ ਦੁਬਾਰਾ ਰੰਗ ਪੇਂਟ ਕੀਤਾ ਗਿਆ, ਬਾਕੀ ਸਾਰੇ ਟਰੈਕਟਰ ਦਾ ਰੰਗ ਪੇਂਟ ਨਾਲ ਦਾ ਹੈ। ਇਹ ਟਰੈਕਟਰ ਡਬਲ ਕਲੱਚ, ਸਿੰਪਲ ਸਟੀਅਰਿੰਗ, ਸੈਂਟਰ ਗੇਅਰ ਦੇ ਨਾਲ ਹੈ। ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਸ਼ੋਅ ਵਿੱਚ LED ਲਾਈਟਾਂ ਲਗਵਾਈਆਂ ਗਈਆਂ ਨੇ। ਟਰੈਕਟਰ ਦੇ ਬੈਂਟਰੀ ਬਿਲਕੁਲ ਨਵੀਂ ਲੱਗੀ ਹੋਈ ਹੈ। ਵਧੀਆ ਹਾਲਤ ਵਿੱਚ ਟਰੈਕਟਰ ਚੱਲਦਾ ਹੈ। ਟਰੈਕਟਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ, ਕਿਤੇ ਕੋਈ ਲੀਕਿੰਗ ਨਹੀਂ। ਟਰੈਕਟਰ ਦੇ ਚਾਰੇ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਨੇ। ਏ ਕਲਾਸ ਕੰਡੀਸ਼ਨ ਵਿੱਚ ਟਰੈਕਟਰ ਚੱਲਦਾ ਹੈ। ਇੰਜਣ ਗੇਅਰ ਪੰਪ ਦਾ ਟਰੈਕਟਰ ਬਿਲਕੁਲ ਓਕੇ ਹੈ। ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਫੁੱਲ ਗਰੰਟੀ ਹੈ। ਤੁਸੀਂ ਟਰੈਕਟਰ ਨੂੰ ਖਰੀਦਣ ਸਮੇਂ ਟਰੈਕਟਰ ਨੂੰ ਵਾਹ ਕੇ, ਚਲਾ ਕੇ, ਚੈੱਕ ਕਰਕੇ ਖਰੀਦ ਸਕਦੇ ਹੋ। ਇਹ ਟਰੈਕਟਰ ਦਾ ਫਰੀਦਕੋਟ ਏਰੀਆ ਹੈ ਜਿੱਥੇ ਇਹ ਟਰੈਕਟਰ ਖੜ੍ਹਾ ਹੈ। ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ 1,80,000 ਰੁਪਏ, ਬਾਕੀ ਥੋੜ੍ਹਾ ਬਹੁਤਾ ਮੌਕੇ 'ਤੇ ਲੈਸ ਹੋ ਹੀ ਜਾਂਦਾ ਹੈ। ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ ਹੈ। ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਇਹ ਟਰੈਕਟਰ ਨੂੰ ਖਰੀਦ ਸਕਦੇ ਹੋ। ਜਿਹੜੇ ਵੀਰ ਮਸ਼ੀਨਰੀ ਦੀ ਐਡ ਲਵਾਉਣ ਲਈ ਫੋਟੋਆਂ ਭੇਜਦੇ ਹੈ, ਉਹ ਆਪਣੇ ਫੋਨ ਨੂੰ ਟੇਢਾ ਕਰਕੇ ਮਸ਼ੀਨਰੀ ਦੇ ਚਾਰੇ ਸਾਈਡ ਤੋਂ ਮਸ਼ੀਨਰੀ ਦੀਆਂ 4-5 ਫੋਟੋਆਂ ਖਿੱਚ ਕੇ ਭੇਜਿਆ ਕਰਨ ਤਾਂ ਕਿ ਤੁਹਾਡੀ ਮਸ਼ੀਨਰੀ ਦੀ ਐਡ ਸਹੀ ਢੰਗ ਨਾਲ ਲੱਗ ਸਕੇ ਅਤੇ ਤੁਹਾਡੀ ਮਸ਼ੀਨਰੀ ਜਲਦ ਤੋਂ ਜਲਦ ਸੇਲ ਹੋ ਸਕੇ। ਹੁਣ ਤੁਹਾਨੂੰ HMT 6611 ਟਰੈਕਟਰ ਦਿਖਾ ਰਹੇ ਹਾਂ। ਇਹ ਟਰੈਕਟਰ 1997 ਮਾਡਲ ਹੈ, ਵਧੀਆ ਹਾਲਤ ਵਿੱਚ ਟਰੈਕਟਰ ਖੜ੍ਹਾ ਹੈ, ਆਲ ਓਰਿਜਨਲ ਟਰੈਕਟਰ ਹੈ। ਵਧੀਆ ਹਾਲਤ ਵਿੱਚ ਟਰੈਕਟਰ ਦਾ ਰੰਗ ਪੇਂਟ ਪਿਆ। ਟਰੈਕਟਰ ਦੇ ਬਾਡੀ 'ਚ ਅਸੀਂ ਲਿੰਕਾਂ ਦਾ ਨਾਲ ਦੀ ਰੰਗ ਪੇਂਟ ਹੈ। ਟਰੈਕਟਰ ਦੇ ਕਿਸੇ ਵੀ ਪਾਰਟ ਨੂੰ ਦੁਬਾਰਾ ਰੰਗ ਪੇਂਟ ਨਹੀਂ ਕੀਤਾ ਗਿਆ। ਟਰੈਕਟਰ ਦੀ ਇਕੱਲੀ ਡੀਜ਼ਲ ਟੈਂਕੀ ਚੇਂਜ ਕਰੀ ਗਈ ਹੈ, ਬਾਕੀ ਸਾਰਾ ਟਰੈਕਟਰ ਓਰਿਜਨਲ ਹੈ। ਇਹ ਟਰੈਕਟਰ ਡਬਲ ਕਲੱਚ, ਸਿੰਪਲ ਸਟੀਅਰਿੰਗ, ਆਇਲ ਬ੍ਰੇਕ, ਗੇਅਰਾਂ ਵਾਲੀ PTO ਦੇ ਨਾਲ ਹੈ। ਟਰੈਕਟਰ ਦੇ ਪਿਛਲੇ ਰਿੰਮਾਂ ਉੱਪਰ ਵੇਟ ਲੱਗੇ ਹੋਏ ਹੈ। ਵਧੀਆ ਹਾਲਤ ਵਿੱਚ ਟਰੈਕਟਰ ਚੱਲਦਾ ਹੈ।
ट्रैक्टर विच किसी भी प्रकार की कोई प्रॉब्लम नहीं, किते कोई लीकिंग नहीं, ट्रैक्टर के चारे टायर बिल्कुल नवे लगे हुए ने, ए क्लास कंडीशन विच ट्रैक्टर चलता है, इंजन गेयर पंप का ट्रैक्टर बिल्कुल ओके है, मालक वीर वालों ट्रैक्टर की फुल गरंटी है। तुसी ट्रैक्टर नूं खरीदण समय ट्रैक्टर नूं बाह के चला के चैक करके खरीद सकते हो। ये ट्रैक्टर का फरीदकोट एरिया है जिथे ये ट्रैक्टर खड़ा है। मालक वीर वालों ट्रैक्टर की डिमांड रखी गई है 2,40,000 रुपए, बाकी थोड़ा बहुत मौके पर लैस हो ही जाता है। मालक वीर का कंटैक्ट नंबर नीचे स्क्रीन पर शो हो रहा है, तुसी इस नंबर पर कॉल करके या वट्सएप मैसेज करके ये ट्रैक्टर नूं खरीद सकते हो। हुण तुहानूं KS का तूड़ी रीपर दिखा रहे हैं। ये रीपर 2014 मॉडल है, वधिया हालत में रीपर खड़ा है, आल ओरिजिनल रीपर है, रीपर के नाल दी रंग पेंट है, रीपर तो थोड़ा बहुता रंग लिया जरूर है पर रीपर के किसी पार्ट नूं दोबारा रंग पेंट नहीं किया गया। रीपर के टायरों की कंडीशन 70 पैसे है, दोनों टायरों की सेम कंडीशन है, वधिया हालत में रीपर चलता है, रीपर में किसी भी प्रकार की कोई प्रॉब्लम नहीं, मालक वीर वालों रीपर की फुल गरंटी है। तुसी रीपर नूं खरीदण समय रीपर नूं चला के चैक करके अपनी तसली करके खरीद सकते हो। ये रीपर का एरिया पिंड बरास जिला पटियाला है जिथे ये रीपर खड़ा है। मालक वीर वालों रीपर की डिमांड रखी गई है 1,40,000 रुपए, बाकी थोड़ा बहुत मौके पर लैस हो ही जाता है। मालक वीर का कंटैक्ट नंबर नीचे स्क्रीन पर शो हो रहा है, तुसी इस नंबर पर कॉल करके या वट्सएप मैसेज करके ये रीपर नूं खरीद सकते हो। जिहड़े वीर अपने चैनल पर पहली बार आए ने वो चैनल नूं सबसक्राइब कर लैन ते नाल ही घंटी के बटन नूं टच करके ऑल ते सैट कर लैन तां कि तुहानूं आउण वालियां सारियां नवीं वीडियो का नोटिफिकेशन मिल सके। इस नाल तुहानूं खेतीबाड़ी दे संद खरीदण जां वेचण विच आसानी मिल सकती है। थैंक यू।